ਕੀ ਨਾਮ ਤੁਹਾਡਾ ਤੇ ਕਿੰਨੀ ਜ਼ਮੀਨ ਹੈ ਸਰ ਇਹ ਟੋਟਲ? 14-15 ਕਿੱਲੇ ਜ਼ਮੀਨ ਹੈ ਜੀ ਇਹ। ਅੱਛਾ, ਕਿੰਨਾ ਕੁ ਨੁਕਸਾਨ ਹੋ ਗਿਆ? ਸਾਰੀ ਹੋ ਗਿਆ ਜੀ ਟੋਟਲੀ, ਸਵੇਰੇ ਸਾਰੀ ਸੜ ਗਈ ਬਾਈ, 14-15 ਕਿੱਲੇ ਸਾਰੀ ਸੜ ਗਈ ਸਵੇਰੇ ਬੱਜਣੀ ਦੀ 10 ਵਜੇ ਦਾ ਟਾਈਮ ਬੱਜਿਆ ਮੜਾ ਜਾ ਕਿਆ ਕਹਿੰਦੇ ਆਪਾਂ ਕਿੱਲਾ ਵੀ ਹੈ। ਇਹ ਫਾਇਰ ਬ੍ਰਿਗੇਡ ਵਾਲਿਆਂ ਨੂੰ 40 ਮਿੰਟ ਤੋਂ ਵੀ ਉੱਪਰ ਹੋ ਗਿਆ ਟਾਈਮ, ਹਰਨ ਕੋ ਬਾਈ 3 ਮਿੰਟ ਦਾ ਰਾਸਤਾ ਹੈ ਜੀ ਖਰੜ ਤੋਂ ਉਰੇ ਆਣ ਦਾ ਜੀ। ਹਾਂਜੀ, ਕੋੜਾ ਆਈ ਆ ਮੜਾ ਜਾ, ਕੋਈ ਕਹਿੰਦਾ ਜਾਮ ਲਾ ਕੇ ਕੋਈ ਕਿਲੋ ਦਾਣੇ ਵੀ ਨਹੀਂ ਹੈਗੇ ਜਿਹੜੇ ਕਣਕ ਸੜ ਕੇ ਸਵਾਹ ਹੋ ਗਈ ਜੀ। ਟੋਟਲ ਬਾਈ ਜੀ ਬੱਚੀ ਆ ਮਾੜੀ ਜੀ, ਟੋਟਲ ਕਿੰਨੇ ਕਿੱਲੇ ਸੀਗੇ? 15 ਕਿੱਲੇ ਸੀ। ਤੇ ਤੁਹਾਨੂੰ ਕੀ ਲੱਗਦਾ ਵੀ ਅੱਗ ਲੱਗਣ ਦਾ ਕਾਰਨ ਕੀ ਲੱਗਦਾ? ਕਿਆ ਕਹਿ ਸਕਦੇ ਆ, ਕਿਸੇ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਜੀ। ਇੱਥੇ ਨੂੰ ਲੇਬਰ ਜਾਂਦੀ ਆ ਜੀ, ਦਾਊ ਸਾਹਿਬ ਜਾਂਦੇ ਆ ਜੀ, ਕਈ ਜਿਹੜੇ ਆ ਲੇਬਰ ਵਾਲੇ ਜਾਂਦੇ ਆ, ਪਰ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਕਿਹਦਾ ਕੀ ਆ ਜੀ। ਜਦ ਦੇਖਿਆ ਹੀ ਨਹੀਂ ਕਿਸੇ ਨੇ ਕੁਝ ਕੀ, ਕਿਆ ਹੁਣ ਕਿਹਨੂੰ ਕਹਿ ਦਈਏ? ਲੱਗੀ ਵੀ ਦੇਖੀ ਆ ਅੱਗ ਲੱਗੀ, ਕਹਿੰਦਾ ਸਾਰੀ ਜਨਤਾ ਵਿੱਚ ਵੜ ਗਈ, ਫੇਰ ਵੀ ਬਾਈ ਜੀ ਟੋਟਲ ਨਹੀਂ ਹੋਇਆ, ਸਾਰੀ ਦੁਨੀਆ ਵਿੱਚ ਵੜ ਗਈ। ਟੋਟਲ ਕਿੰਨੀ ਕੁ ਜਗ੍ਹਾ ਬਚੀ ਹੈ ਤੁਹਾਡੇ ਹਿਸਾਬ ਨਾਲ? ਜ਼ਮੀਨ ਕਿਹਾ ਹੈ ਕਿ ਭਾਈ ਅੱਧਾ ਕਿੱਲਾ ਵੀ ਨਹੀਂ ਆ, ਦੇਖ ਲਓ ਆ ਪਿੱਛੇ ਨਿਗਾ ਮਾਰ ਲਓ, ਮਤਲਬ ਤੁਹਾਨੂੰ ਲੱਗਦਾ ਵੀ 14 ਕਿੱਲੇ ਜਿਹੜੀ ਹੈ ਸਾਰੀ ਸੜਕੀ ਆ? ਦੇਖ ਤਾਂ ਲਓ ਜੀ ਬਾਈ ਜੀ, ਸਾਰੀ ਉਹ ਜਲ ਗਈ ਜੀ, ਕੀ ਉਹ ਆ ਕੀ ਫੈਸਲੇ, ਇੱਕ ਗੱਡੀ ਆ ਰਹੀ ਉਹ ਵੀ ਹੌਲੀ ਹੌਲੀ ਆ ਰਹੀ ਆ, ਅਸੀਂ ਕਹੀਏ ਭਜਾ ਲਓ ਆ ਨੇੜੇ ਪੰਪ ਆ ਉਰੇ ਜਾ, ਇੱਥੇ ਵੱਧ ਅੱਗੇ ਚੱਲ ਜਾ, ਉਹ ਪੰਪ ਹੈ ਉਰੇ, ਪੰਪਾਂ ਨੂੰ ਵੀ ਅੱਗ ਲੱਗ ਸਕਦੀ। ਤੁਸੀਂ ਪੁੱਛਿਆ ਫਾਇਰ ਬ੍ਰਿਗੇਡ ਨੂੰ ਵੀ ਇੰਨੀ ਲੇਟ ਕਿਵੇਂ ਹੋ ਗਏ? ਕੋ ਗੱਲ ਕਹਿੰਦੇ ਰਾਤੇ ਤੋਂ ਜਾਮ ਸੀ ਭਾਈ, ਬੰਨ ਇੱਥੋਂ ਕਿੰਨਾ ਦੂਰ ਹੈ ਜਿਹੜਾ ਤੁਹਾਨੂੰ ਲੱਗਦਾ? ਬਾਈ ਜੀ ਉਹਦੇ 3 ਕਿਲੋਮੀਟਰ ਵੀ ਨਹੀਂ ਅੱਗੇ ਲੱਗੇ ਵੇ, ਕੋਈ ਫੋਨ ਨਹੀਂ ਚੱਕਿਆ, ਫੋਨ ਨਹੀਂ ਚੱਕ ਰਿਹਾ ਜੀ, ਕੋਈ ਨੰਬਰ ਬੰਦ ਆ ਨਹੀਂ ਦਾ ਰਸਤਾ ਜੀ, ਚੋ ਆ ਰਿਹਾ ਕਦੀ 101 ਨੰਬਰ ਦਾ ਬੰਦ ਹੈ, ਅੱਛਾ ਨਹੀਂ ਬੰਦ ਹੈ, ਰਜਿਸਟਰ ਨਹੀਂ ਹੈਗਾ ਕਹਿੰਦਾ ਨੰਬਰ, ਬਥੇਰੀਆਂ ਮਿੰਤਾ ਕਰੀਆ ਕਿ ਸਾਡੇ ਤੇ ਤਾਂ ਮਿਲਦਾ ਨੀ ਫੋਨ, ਤੁਸੀਂ ਉਹ ਕਰ ਦੋ ਕਿ ਉਹ ਆ, ਕਹਿੰਦੇ ਕਹਿ ਰਹੇ ਇੱਕ ਗੱਡੀ ਆਈ ਆ ਉਹ ਵੀ 1 ਘੰਟੇ ਬਾਅਦ। ਪੀਸੀਆਰ ਕਿੰਨੀ ਦੇਰ ਬਾਅਦ ਆ ਗਈ? ਪੀਸੀਆਰ ਦਾ ਹੁਣ ਉੱਥੇ ਖੜੀ ਸੀ, ਪੀਸੀਆਰ ਦਾ ਚਲੋ ਪੀਸੀਆਰ ਆ ਗਈ, ਪੀਸੀਆਰ ਕੁਝ ਕਰਨੀ ਨਾ, ਸਾਡੇ ਤੇ ਤਾਂ ਇੰਨੀ ਲੋਡ ਨਹੀਂ ਸੀ ਜੀ, ਜਿੰਨੀ ਜਿੰਨੀ ਲੋਡ ਮਤਲਬ ਕਿ ਜਿਹੜੀ ਫਾਇਰ ਬ੍ਰਿਗੇਡ ਸੀ ਜੀ, ਭਜਾਉਣੀ ਆ ਅਸੀਂ, ਥੋੜਾ ਭਜਾਉਣੀ ਆ, ਅਸੀਂ ਕਾਲ ਕਰਤੀ। ਕੀ ਮੰਗ ਕੀ ਕਰਦੇ ਹੋ? ਉਹ ਮੰਗ ਤਾਂ ਹੁਣ ਮੰਗ ਬਾਈ ਜੀ ਦੇਖੋ, ਮੁਆਵਜ਼ਾ ਦੇਖੋ ਨਾ ਅੱਜ ਤੱਕ ਕਿਸੇ ਨੇ ਦਿੱਤਾ ਨਾ ਦੇਣਾ, ਉਹਨਾਂ ਨੇ ਕਹਿਣਾ ਗੋਦਾਵਰੀ ਹੋਊਗੀ, ਫਲਾਣਾ ਹੋਊਗਾ, ਢਿਮਕਾਊਗਾ, ਫੈਲਾ ਇਦਾਂ ਹੀ ਫਿਰੀ ਜਾਣੀ ਆ ਜੀ, ਠੀਕ ਆ ਨਾ। 14 ਕਿੱਲੇ ਆ ਜੀ, 14 ਕਿੱਲੇ ਸੜਕੇ ਸਵਾਹ ਹੋ ਗਏ ਜੀ, ਸਾਰੇ ਸਾਰੀ ਦੁਨੀਆ ਵਿੱਚ ਵੜ ਗਈ ਅੱਗ ਦੇ ਵਿੱਚ ਜੀ। ਸਵੇਰੇ 10 ਵਜੇ ਮਸ਼ੀਨ ਆਉਣੀ ਸੀ ਜੀ, ਸਾਰੀ ਇੱਧਰ ਸਾਰੀ ਨੇੜੇ ਤੇੜੇ, ਮਤਲਬ ਕੱਲੂ ਵੱਢਣੀ ਸੀ ਤੇ ਅੱਜ ਆ ਕੰਮ, ਸਵੇਰੇ ਵੱਢਣੀ ਸੀ ਕੀ ਬਾਈ ਜੀ, ਸਵੇਰੇ ਵੱਢਣੀ ਸੀ, ਇੱਥੇ ਤੇ ਸ਼ੁਰੂ ਹੋਣਾ ਜੀ, ਸਾਰੀ ਪਿੱਛੇ ਤੇ ਵਧੀਆ ਬੰਦੇ ਆ ਬਾਈ ਜੀ, ਜਸਵਿੰਦਰ ਸਿੰਘ ਜੀ ਬਹੁਤ ਵਧੀਆ ਬੰਦੇ ਆ, ਸਾਰਾ ਪਰਿਵਾਰ ਕਿਹੜੇ ਪਿੰਡ ਤੋਂ ਬਾਈ ਜੀ? ਦੇਸੂ ਮਾਜਰੇ ਤੋਂ, ਦੇਸੂ ਮਾਜਰੇ ਦੇ ਆ, ਬਹੁਤ ਵਧੀਆ ਬੰਦੇ ਆ ਬਾਈ ਜੀ, ਧਰਤੀ ਨਾਲ ਜੁੜੇ ਹੋਏ ਆ, ਬਹੁਤ ਜ਼ਿਆਦਾ ਵਧੀਆ ਬੰਦੇ ਆ, ਬੰਦੇ ਆ, ਕੋਈ ਉਹ ਨਹੀਂ ਹੈਗਾ, ਸਾਰੇ ਸਾਰੇ ਪਿੰਡ ਨਾਲ ਸਾਰੇ ਇਲਾਕੇ ਨਾਲ ਬਹੁਤ ਵਧੀਆ ਪਿਆਰ ਆ। ਹੁਣ ਅਸੀਂ ਦੇਖੋ ਸਾਰੀ ਜੇ ਇਹਨਾਂ ਦੇ ਪਿਆਰ ਕਰਕੇ ਸਾਰੀ ਦੁਨੀਆ ਖੜੀ ਹੈ ਜੀ ਉਰੇ, ਸਾਰੇ ਜਿੰਨੇ ਵੀ ਬੰਦੇ ਆ, ਚਾਹੇ ਭਈਆ ਉਹ ਵੀ ਵਿੱਚ ਵੜ ਗਿਆ ਅੱਗ ਭਜਾਉਣ ਨੂੰ, ਹੁਣ ਹਰ ਬੰਦੇ ਨੇ ਬੰਦੇ ਦੇ ਹੱਥ ਤੋੜੇ, ਉਹਨੇ ਕਿਹੜੇ ਬਾਈ ਕਾਦੇ ਨਾਲ ਭਜਾਣੀ ਆ ਜੀ, ਹਵਾ ਕਰਕੇ ਡਰਦਾ ਅਗਲਾ। ਤੁਹਾਨੂੰ ਲੱਗਦਾ ਹੈ ਵੀ ਜੇ ਫਾਇਰ ਬ੍ਰਿਗੇਡ ਪਹਿਲਾਂ ਆ ਜਾਂਦੀ ਤਾਂ ਕੰਮ ਬਚ ਸਕਦਾ? ਬਾਈ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ ਬਹੁਤ ਬਚਾਓ। ਖਰੜ ਤੋਂ ਬਾਈ ਜੀ, ਖਰੜ ਤੋਂ 5 ਮਿੰਟ ਲਾ ਲਓ, 5 ਮਿੰਟ ਤੋਂ ਵੱਧ ਰਸਤਾ ਨਹੀਂ ਹੈਗਾ, ਮੋਹਾਲੀ ਤੋਂ 10 ਮਿੰਟ ਕਹਿ ਲਓ ਜੀ, ਫਾਇਰ ਬ੍ਰਿਗੇਡ ਨੂੰ ਤਾਂ ਕੋਈ ਰੋਕ ਨਹੀਂ ਹੁੰਦਾ ਜਦੋਂ ਹੂਟਰ ਮਾਰਦੇ। ਸੋ ਤਸਵੀਰਾਂ ਤੁਹਾਨੂੰ ਫਾਇਰ ਬ੍ਰਿਗੇਡ ਦੀਆਂ ਵੀ ਦਿਖਾ ਰਹੇ ਹਾਂ, ਜਿੱਥੇ ਕਿ ਜਿਹੜੇ ਜ਼ਿਮੀਦਾਰ ਦੀ ਇਹ ਜਿਹੜੀ ਕਣਕ ਹੈ ਸੜਕੇ ਸਵਾਹ ਹੀ ਹੈ, ਉਹ ਕਹਿ ਰਹੇ ਵੀ ਫਾਇਰ ਬ੍ਰਿਗੇਡ ਬਹੁਤ ਲੇਟ ਪਹੁੰਚੀ। ਬਾਈ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਲੈ ਕੇ ਆਏ ਹੋ ਫਿਰ ਆਪਣੀ ਗੱਡੀ? ਇਹ ਕਹਿ ਰਹੇ ਆ ਵੀ ਘੰਟਾ ਹੀ ਲੱਗ ਗਿਆ ਤੁਹਾਨੂੰ ਆਉਣ ਨੂੰ, ਕੋਈ ਇੱਦਾਂ ਦੀ ਗੱਲ ਨਹੀਂ ਲੱਗਿਆ, ਜਦੋਂ 7:06 ਤੇ ਸਾਨੂੰ ਸੋਚਣਾ ਹੀ ਹੈ ਜੀ। ਹਾਂਜੀ, ਸੋਚਣਾ ਤੋਂ ਬਾਅਦ ਅਸੀਂ ਤੁਰੰਤ ਫਾਇਰ ਬ੍ਰਿਗੇਡ ਗੱਡੀ ਕੱਢਤੀ। ਕਿੰਨੀਆਂ ਗੱਡੀਆਂ ਆ ਚੁੱਕੀਆਂ? ਜਾਮ ਲੱਗਿਆ ਹੋਇਆ ਸੀ ਆਪਣਾ KFC ਦੇ ਕੋਲੇ। ਨਹੀਂ 7:06 ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਲ ਆਈ, ਕਿੰਨੀ ਦੇਰ 'ਚ ਪਹੁੰਚ ਗਏ? ਹੋਰ ਅਸੀਂ ਬਸ ਤੁਸੀਂ ਲਗਾ ਲਓ 10-15 ਮਿੰਟ। ਠੀਕ ਹੈ। ਸੋ ਇੱਕ ਪਾਸੇ ਫਾਇਰ ਬ੍ਰਿਗੇਡ ਵੀ ਕਹਿ ਰਹੇ ਆ ਵੀ ਜਿਹੜਾ
ਅਸੀਂ 7:06 ਤੇ ਕਾਲ ਆਈ ਹੈ ਤੇ ਅਸੀਂ ਜਿਹੜਾ ਇੱਥੇ ਪਹੁੰਚ ਗਏ ਸੀਗੇ 10-15 ਮਿੰਟ ਵਿੱਚ। ਆਖਿਰਕਾਰ ਜਿਹੜੇ ਜ਼ਿਮੀਦਾਰ ਭਰਾ ਜਿਨ੍ਹਾਂ ਦੀ ਇਹ ਜ਼ਮੀਨ ਦੇ ਵਿੱਚ ਕਣਕ ਖੜੀ ਸੀ 14-15 ਕਿੱਲੇ, ਉਹਦੇ 'ਚੋਂ ਕਹਿਣ ਦਾ ਮਤਲਬ ਵੀ ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਿਆ ਇੱਥੋਂ? ਮੈਨੂੰ 25 ਮਿੰਟ ਪਹਿਲਾਂ ਪਤਾ ਲੱਗਿਆ ਜੀ ਉੱਥੋਂ। ਮੈਨੂੰ ਐਕਚੁਲੀ ਮੈਂ ਆਪਣੇ ਫਾਰਮ 'ਤੇ ਸੀਗਾ ਅਤੇ ਮੈਨੂੰ ਹੈਪੀ ਦਾ ਫੋਨ ਆਇਆ ਇੱਦਾਂ ਕਰਕੇ, ਮੈਂ ਕਿਹਾ ਮੈਂ ਹੁਣੇ ਆ ਰਿਹਾ। ਉਦੋਂ ਬਾਅਦ ਫਿਰ ਸਾਨੂੰ ਕਨਫਿਊਜ਼ਨ ਹੋ ਗਿਆ ਅਤੇ ਅਸੀਂ ਥੋੜ੍ਹਾ ਬਲੌਂਗੀ ਵੀ ਤੋਂ ਯੂਟਰਨ ਲੈ ਕੇ ਆਏ ਹਾਂ ਇੱਥੇ। ਇੱਧਰ ਜਾਮ ਬੜਾ ਲੱਗਿਆ ਹੋਇਆ ਸੀ, ਬੜਾ ਅਫਸੋਸ ਹੈਗਾ। ਛੋਟਾ ਵੀ ਸੰਦੀਪ ਦੋਂ ਮੇਰੇ ਹਲਕੇ ਦੇ ਰਹਿਣ ਵਾਲੇ ਨੇ ਕਿ ਇਹਨਾਂ ਦਾ ਬਹੁਤ ਵੱਡਾ ਲੋਸ ਹੈ। ਇਹਦੇ ਚਾਹੀਦਾ ਇਹਦੀ ਭਰਪਾਈ ਤਾਂ ਕੋਈ ਹੋ ਨਹੀਂ ਸਕਦੀ, ਪਰ ਸਰਕਾਰ ਨੂੰ ਮੁੱਢਲੇ ਆਧਾਰ 'ਤੇ ਪਹਿਲੀ ਗੱਲ ਤਾਂ ਇਹਦੀ ਗਿਰਦਾਵਰੀ ਕਰਾ ਕੇ ਜਿੰਨਾ ਇਹਦਾ ਨੁਕਸਾਨ ਹੋਇਆ ਉਹਦਾ ਕਲੇਮ ਜ਼ਰੂਰ ਦਿੱਤਾ ਜਾਵੇ, ਕਿਉਂਕਿ ਅੱਜ ਦੇ ਹਾਲਾਤ ਦੇ ਵਿੱਚ ਕਿਸਾਨ ਨੇ ਬੜੀ ਮਿਹਨਤ ਦੇ ਨਾਲ 6 ਮਹੀਨਿਆਂ ਦੀ ਫਸਲ ਆਪਣੀ ਤਿਆਰ ਕੀਤੀ ਹੈ, ਪਰ ਅੱਜ ਜਦੋਂ ਇੱਕ ਤਰ੍ਹਾਂ ਸਾਨੂੰ ਗੜੇ ਪੈਣ ਵਾਲੀ ਗੱਲ ਹੈ ਕਿ ਅੱਗ ਲੱਗ ਕੇ ਸਭ ਕੁਛ ਗੜੇ ਪੈਣਾ, ਸਿਰਫ ਕੁਛ ਬਚ ਜਾਂਦਾ, ਪਰ ਇਹਦਾ ਸਭ ਕੁਛ ਸੜ ਹੀ ਗਿਆ ਨਾ, ਅਤੇ ਇਹਦਾ ਬਹੁਤ ਵੱਡਾ ਨੁਕਸਾਨ ਹੈ। ਨੁਕਸਾਨ ਦੀ ਭਰਪਾਈ ਹੋਣੀ ਬਹੁਤ ਜ਼ਰੂਰੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਬੰਦੇ ਲਾਪਰਵਾਹੀ ਕੀਤੀ ਜਾਂ ਕੋਈ ਫਾਇਰ ਬ੍ਰਿਗੇਡ ਦੀ ਜਾਂ ਹੋਰ ਕੋਈ ਅਫਸਰ ਸਾਹਿਬਾਨ ਜਾਂ ਬਿਜਲੀ ਬੋਰਡ ਦੀ ਹੈ, ਉਹਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਤੁਸੀਂ ਹੁਣ ਫੋਨ ਵੀ ਮਿਲਾ ਰਹੇ ਸੀਗੇ ਕਿਸੇ ਅਫਸਰ ਸਾਹਿਬਾਨ ਨੂੰ, ਗੱਲਬਾਤ ਹੋਈ? ਡੀਸੀ ਸਾਹਿਬ ਨੂੰ ਫੋਨ ਮਿਲਾਇਆ ਸੀਗਾ, ਅਤੇ ਕਈ ਵਾਰੀ ਬਿਜਲੀ ਮੀਟਿੰਗ ਵਗੈਰਾ ਹੁੰਦੀ ਤਾਂ ਮੈਨੂੰ ਕਾਲ ਵੇਖ ਤੋਂ ਆ ਗਈ, ਮੈਂ ਇਮੀਡੀਏਟ ਗੱਲ ਕਰਕੇ ਇਹਨਾਂ ਨੂੰ ਮੈਸੇਜ ਕਨਵੇ ਕਰੂੰਗਾ ਕੱਲ੍ਹ ਇੱਥੇ ਇਹਦੀ ਕਾਇਦਾ ਮੌਕੇ 'ਤੇ ਮੌਕਾ ਦੇਖ ਕੇ ਗੁਰਦੌਰੀ ਕਰਾਈ ਜਾ ਰਹੀ। ਤੁਸੀਂ ਪਰਿਵਾਰ ਨਾਲ ਵੀ ਗੱਲਬਾਤ ਕੀਤੀ? ਕੋਈ ਸਰਕਾਰੀ ਇੱਥੇ ਅਧਿਕਾਰੀ ਪਹੁੰਚਿਆ ਹੁਣ ਤੱਕ? ਮੈਂ ਤਾਂ ਤੁਹਾਨੂੰ ਸਾਰਿਆਂ ਖੜੇ ਦੇਖਦਾ, ਸਰਕਾਰੀ ਅਧਿਕਾਰੀ ਤੋਂ ਲੱਗਿਆ ਕੋਈ ਵੀ ਨਹੀਂ ਆਇਆ, ਕੋਈ ਵੀ ਨਹੀਂ ਆਇਆ ਜੀ, ਕੋਈ ਵੀ ਨਹੀਂ ਆਇਆ ਜੀ। ਕੋਈ ਐਸ ਡੀ ਦੇਖੋ, ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਰਕਾਰ ਤੁਹਾਡੇ ਦੀਵਾਰ 'ਤੇ ਖੜੀ ਹੋਊਗੀ, ਤੁਹਾਡੇ ਘਰ ਬੈਠੇ ਕੰਮ ਹੋਣਗੇ, ਇੱਦੋਂ ਵੱਡਾ ਤਾਂ ਕੋਈ ਇੰਸੀਡੈਂਟ ਹੋ ਨਹੀਂ ਸਕਦਾ ਨਾ। ਜੋ ਅੱਗ ਲੱਗਦੀ ਹੈ ਤਾਂ ਹੈ ਨਹੀਂ ਕਿ ਲਾਟਾਂ ਇੱਥੇ ਤਾਂ ਪੂਰੇ ਮੋਹਾਲੀ 'ਚ ਦਿਖੀਆਂ ਹੋਣਗੀਆਂ ਪੂਰੇ ਜੀ ਪੂਰੇ, ਔਰ ਇੱਥੇ ਜਿਹੜਾ ਪ੍ਰਸ਼ਾਸਨ ਤੋਂ ਕਿੰਨੇ ਕਿਲੋਮੀਟਰ 'ਤੇ ਆ? ਪੀਸੀਆਰ ਸੜਕ 'ਤੇ ਦੋ ਕਿਲੋਮੀਟਰ 'ਤੇ ਪੁਲਿਸ ਸਟੇਸ਼ਨ ਆ, ਪੀਸੀਆਰ ਰੋਡ ਦੇ ਉੱਤੇ ਖੜੀ ਆ, ਅਤੇ ਇਹ ਜਿਹੜੀ ਗੱਲ ਹੈ ਤਾਂ ਸਰਕਾਰ ਦੇ ਨੌਲੇਜ ਹੋਣੀ ਜ਼ਰੂਰੀ ਸੀਗੀ। ਇੱਥੇ ਸਰਕਾਰ ਦੇ ਪਹਿਲੇ ਕਹਿੰਦਾ ਤੁਹਾਡਾ ਨਾ ਮੋਹਾਲੀ ਦਾ MLA ਆਇਆ, ਨਾ ਖੜ ਦਾ MLA, ਖੜ ਦੇ MLA ਰਹਿੰਦੇ ਇੱਥੇ ਨੇ, ਰਹਿੰਦੇ ਸਰੀਨ ਕਲੇਵ 'ਚ ਨੇ, ਅਤੇ ਵੀ ਨਾ ਕੋਈ ਤਹਿਸੀਲਦਾਰ, ਨਾ SDM, ਨਾ ਕੋਈ ਪਟਵਾਰੀ, ਕਦੋਂ ਕੋਈ ਨਹੀਂ ਇੱਥੇ ਆਇਆ। ਤਾਂ ਬੜੀ ਮਾੜੀ ਗੱਲ ਹੈ ਕਿ ਕਿਸਾਨ ਦੇ ਨਾਲ ਅੱਜ ਹਮਦਰਦੀ ਚਾਹੁੰਦਾ ਤਾਂ ਕਮ ਸੇ ਕਮ ਇੱਥੇ ਅਫਸਰ ਆਉਣੇ ਚਾਹੀਦੇ ਸੀਗੇ, ਬਾਕੀ ਗੱਲਾਂ ਤਾਂ ਬਾਅਦ ਦੀਆਂ ਹੈਗੀਆਂ ਨੇ। ਇਹਦੇ ਨਾਲ ਬੰਦੇ ਨੂੰ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਢਾਰਸ ਮਿਲਦਾ, ਪਰ ਇਹਨਾਂ ਨੇ ਬੜੀ, ਮੈਂ ਇਸ ਗੱਲ ਦੀ ਮੈਂ ਨਿਖੇਧੀ ਕਰਦਾ ਕਿ ਪ੍ਰਸ਼ਾਸਨ ਨੂੰ ਇਸ ਗੱਲ 'ਤੇ ਐਕਸ਼ਨ ਲੈਣਾ ਜ਼ਰੂਰ ਸੀ। ਫਾਇਰ ਬ੍ਰਿਗੇਡ ਬਾਰੇ ਵੀ ਗੱਲ ਕਰ ਰਿਹਾ, ਪਰਿਵਾਰ ਕਹਿੰਦੇ ਬਹੁਤ ਦੇਰ ਬਾਅਦ ਪਹੁੰਚੀ ਹੈ, ਤੁਹਾਡੇ ਨਾਲ ਉਹਨਾਂ ਦੀ ਵੀ ਕੋਈ ਰਾਬਤਾ ਹੋਇਆ? ਨਹੀਂ, ਮੇਰਾ ਫਾਇਰ ਬ੍ਰਿਗੇਡ ਕੋਈ ਰਾਬਤਾ ਨਹੀਂ ਹੋਇਆ, ਮੈਨੂੰ ਤਾਂ ਹੁਣ ਇਹਨਾਂ ਨੇ ਦੱਸਿਆ ਕਿ ਅਤੇ ਜਦੋਂ ਮੈਂ ਇੱਥੇ ਗੱਡੀ ਵਾਪਸ ਜਾ ਰਹੀ ਸੀ ਮੈਂ ਦੇਖਿਆ, ਅਤੇ ਲੇਕਿਨ ਉਦੋਂ ਕਹਿੰਦੇ ਗੱਡੀ ਆ ਗਈ ਹੈ, ਹੈਪੀ ਨੇ ਦੱਸਿਆ ਗੱਡੀ ਆ ਚੁੱਕੀ ਹੈ, ਅਤੇ ਅੱਗ ਵੀ ਆਉਣ ਲੱਗੇ ਹੋਏ।